दोस्तों तुसी भेड़ा बकरियां दियां बहुत वीडियो देखियां होनियां, पर जेड़ी एहे वीडियो देखोगे ना तुसी एदे विच बहुत ही एक देसी जे सुभा दा मालक कह सकते हैं। पर बाई नू तुसी देसी समझण दी गलती ना कर बैठे हो। पतंदर डॉक्टरां नू भी फेल करदा सुनदे आ, जिथे डॉक्टरां दी बाह नहीं चलदी ना उत्थे साढ़े यार गोगी का नाम आउंदा। कहिंदे अपने पिंड गंगा दा ही रहण वाला बई, एक गल होर सुभा दा कहिए तां बई बड़ा ही रौन की राम जे सुभा दा है। ते आ जाओ फिर सज्जनों लैने आ जानकारी बई कोलों भेड़ां बकरियां बारे। सब तो पहला तो ही थोड़ा बहुत बहुत धन्यवाद, तुसीं आपदा कीमती समां साडे लई कढ़िया। ਧੰਨਵਾਦ ਵੀਰ ਜੀ, ਤੁਹਾਡਾ ਵੀ ਬਹੁਤ ਬਹੁਤ ਜ਼ਿਆਦਾ ਧੰਨਵਾਦ ਆ, ਜਿਹੜੇ ਨੇ ਤੁਸੀਂ ਮੈਨੂੰ ਸਿਖਰ ਦੁਪਹਿਰੇ ਇੱਥੇ ਵਿੰਗੇ ਟੇਢੇ ਹੋ ਕੇ ਭਾਲ ਲਿਆ, ਅਤੇ ਊਂ ਖੈਰ ਮੈਂ ਉੱਠ ਜੀ 'ਚ ਬੈਠਾ ਸੀ, ਇੱਥੇ ਆਉਂਦਾ ਵੀ ਨਹੀਂ ਹੁੰਦਾ, ਅਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਅਤੇ ਬਈ ਤੁਹਾਨੂੰ ਇਸ ਕਿੱਤੇ ਦੇ ਵਿੱਚ ਪਿਆਂ ਨੂੰ ਕਿੰਨਾ ਕੁ ਸਮਾਂ ਹੋ ਗਿਆ ਜੇ ਆਪਾਂ ਇਹ ਗੱਲ ਕਰੀਏ? ਸਮਾਂ ਤਾਂ ਜੀ ਮੈਨੂੰ ਤਾਂ ਜਿੰਨੀ ਕੁ ਮੇਰੀ ਉਮਰ ਹੈ ਅਤੇ ਉੰਨੀ ਕੁ ਹੀ ਮੰਨ ਲਓ, ਕੋਈ ਮੈਂ ਤਾਂ 5-7 ਸਾਲ ਦਾ ਹੀ ਇਹਨਾਂ ਦੇ ਮਗਰ ਲੱਗ ਗਿਆ ਸੀ, ਕੋਈ 10-12 ਸਾਲ ਇਹਨਾਂ ਦੇ ਮਗਰ ਵੀ ਹੋ ਗਏ। ਮੰਨ ਕੇ ਚੱਲੋ ਤੁਹਾਡਾ ਜੀਵਨ ਹੈ ਇਹਦੇ ਵਿੱਚ ਹੀ ਬੀਤਿਆ, ਬਚਪਨ ਤੁਹਾਡਾ ਸਭ ਇਹਦੇ ਵਿੱਚ ਇਹਦੇ ਵਿੱਚ ਹੀ, ਮੈਂ ਤਾਂ ਜੀ ਇਹਨਾਂ ਦੇ ਨਾਲ ਹੀ ਖੇਡਿਆ ਪਲਿਆ। ਵੀ ਤੁਹਾਡੇ ਮੰਨ ਕੇ ਚੱਲੋ ਵੀ ਕੋਈ ਭੇਡਾਂ ਪਾਲਦਾ ਕੋਈ ਬੱਕਰੀਆਂ, ਇਹਦੇ ਵਿੱਚ ਕੀ ਅੰਤਰ ਹੈ ਦੋਨਾਂ ਦੇ ਵਿੱਚ, ਵੀ ਮੁਨਾਫਾ ਕਿਹੜੀ ਚੀਜ਼ 'ਚ ਵੱਧ ਹੈ ਕਿਹੜੀ 'ਚ ਘੱਟ ਹੈ, ਅਤੇ ਦੱਸੋ ਤੁਸੀਂ ਸਾਡੇ ਦਰਸ਼ਕਾਂ ਨੂੰ। ਮੁਨਾਫਾ ਤਾਂ ਦੇਖੋ ਜੀ ਦੋਨਾਂ ਚੀਜ਼ਾਂ ਦੇ ਵਿੱਚ ਇੱਕੋ ਜਿਹਾ ਹੀ ਹੈ, ਕੋਈ ਮੰਨ ਲਾ ਭੇਡ 'ਚ ਵੀ ਨਹੀਂ ਫਰਕ ਆ ਅਤੇ ਕੋਈ ਬੱਕਰੀ 'ਚ ਵੀ ਨਹੀਂ ਫਰਕ ਆ, ਕਿਉਂਕਿ 12-15 ਹਜ਼ਾਰ ਰੁਪਏ ਦੀ ਬੱਕਰੀ ਹੈ, 12-15 ਹਜ਼ਾਰ ਰੁਪਏ ਦੀ ਹੀ ਭੇਡ ਹੈ। ਅੱਛਾ ਜੀ। ਦੋ ਬੱਚੇ ਹੀ ਬੱਕਰੀ ਦਿੰਦੀ ਆ, ਦੋ ਬੱਚੇ ਹੀ ਭੇਡ ਦਿੰਦੀ ਹੈ। ਠੀਕ ਹੈ। ਇਹਦੇ ਵਿੱਚ ਥੋੜ੍ਹਾ ਜਿਹਾ ਕੇਅਰ ਦਾ ਫਰਕ ਹੈ, ਭੇਡ ਨੂੰ ਸਾਲ ਜਿਹੜੀ ਸੰਭਾਲ ਹੈ ਬਹੁਤ ਜ਼ਿਆਦਾ ਘੱਟ ਕਰਨੀ ਪੈਂਦੀ ਹੈ, ਇਹ ਖੇਤ ਦੇ ਚਰੇ 'ਤੇ ਹੀ ਬਚਦੀ ਆ, ਮੰਨ ਲਾ ਵੀ ਬਾਹਰ ਕਦੇ ਰੁੱਖਾ ਖਾ ਗਈ, ਕਦੇ ਮਿੱਸਾ ਖਾ ਗਈ, ਕਦੇ ਸੁੱਕਾ ਖਾ ਗਈ, ਕਦੇ ਗਿੱਲਾ ਖਾ ਗਈ, ਭੇਡ ਮੰਨ ਲਾ ਵੀ ਬਾਹਰੋਂ ਢਿੱਡ ਭਰ ਲੈਂਦੀ ਹੈ। ਬੱਕਰੀ ਹੈ ਜਿਹੜੀ, ਇਹਨੂੰ ਘਰੇ ਦਾਣੇ ਦੂਣੇ ਵੀ ਪਾਉਣੇ ਪੈਂਦੇ ਹੈ, ਬਾਕੀ ਮੀਂਹ ਕਣੀ ਦੇ ਵਿੱਚ ਇਹਨਾਂ ਨੂੰ ਅੰਦਰ ਬਾਹਰ ਵੀ ਬੰਨਣੀਆਂ ਪੈਂਦੀਆਂ। ਠੀਕ ਹੈ। ਅਤੇ ਬੱਚੇ ਜਿੰਨਾ ਚਿਰ ਹੁਣ ਜਿਵੇਂ ਕੋਈ 10 ਬੱਕਰੀਆਂ ਆਪਣੀਆਂ ਇਕੱਠੀਆਂ ਸੂਪੀਆਂ, ਜਿਵੇਂ ਕੋਈ 15-20 ਦਿਨਾਂ ਦੇ ਬੱਚੇ ਨਾ ਹੋਏ, ਆਥਣੇ ਪਸ਼ੂ ਖੇਤੋਂ ਜਾਂਦੇ ਆ, ਇਕੱਠੇ ਬੱਚੇ ਆਪਾਂ ਛੱਡਤੇ, ਉਹ ਇੱਕੇ ਬੱਕਰੀ ਥੱਲੇ ਸਾਰਿਆਂ ਨੇ ਵੜ ਜਾਣਾ ਇਕੱਠੇ ਹੋ ਕੇ। ਠੀਕ ਹੈ। ਉਹਦੇ ਵਿੱਚ ਗਰਮੀ 'ਚ ਥੱਕਿਆ ਹੰਭਿਆ ਤਾਂ ਅਗਲਾ ਜਾਂਦਾ, ਫਿਰ ਭੱਜ ਭੱਜ ਕੇ ਉਹਦੇ ਉਹਦੇ ਥੱਲੇ ਵੜ, ਉਹਦੇ ਉਹ ਜਿਵੇਂ ਕੋਈ 5-4 ਜਾਣੇ ਘਰੇ ਸਾਰੇ ਪਰਿਵਾਰ ਨੂੰ ਲੱਗਣਾ ਪੈਂਦਾ 20 ਬੱਕਰੀਆਂ ਸੂਈਆਂ। ਹਾਂਜੀ, ਉਹ ਗੱਲ ਹੈ ਨਹੀਂ ਵੀ ਆਪਾਂ ਜੇ ਪਾਲ ਲਈਆਂ ਤਾਂ ਇਹ ਇਕੱਲੇ ਸਿਰ 'ਤੇ ਰਹਿ ਗਿਆ ਕੰਮ, ਇਹ ਸਾਰੇ ਪਰਿਵਾਰ ਦੇ ਸਿਰ 'ਤੇ ਹੈ, ਜੇ ਸ਼ੌਂਕ ਹੈ ਤਾਂ ਫਿਰ। ਹਾਂਜੀ। ਅਤੇ ਇਹ ਜਿਹੜੀ ਭੇਡ ਹੈ ਇਹ ਜਦੋਂ ਜਾ ਕੇ ਆਪਾਂ ਬਾੜੇ ਦੇ ਵਿੱਚ ਇਹਨਾਂ ਨੂੰ ਕਰਤੀਆਂ, ਇਹ ਆਪੋ ਆਪਣੇ ਬੱਚੇ ਟਾਲ ਕੇ ਆਪੇ ਲੈ ਜਾਂਦੀਆਂ ਪਾਸੇ। ਠੀਕ ਹੈ। ਕੋਈ ਕਿਧਰੇ ਲੈ ਗਈ, ਕੋਈ ਕਿਧਰੇ ਲੈ ਗਈ, ਇਹਨਾਂ ਦੇ ਬੱਚੇ ਆ ਜਿਹੜੇ ਉਹ ਬਹੁਤ ਸੌਖੇ ਪਲਦੇ ਆ। ਅੱਛਾ। ਬਾਕੀ ਜਿਹੜਾ ਬੱਕਰੀ ਦਾ ਬੱਚਾ ਉਹ ਘਰੇ ਆਪਾਂ ਨੂੰ ਫੀਡ ਪਾਉਣੀ ਪੈਂਦੀ ਹੈ, ਕੈਲਸ਼ੀਅਮ ਵਗੈਰਾ, ਮੰਨ ਲਾ ਵੀ ਬਰਮਾ ਡੇਕ ਤੋੜਨੀ ਪੈਂਦੀ ਹੈ, ਇਹਨਾਂ ਦੀ ਸੰਭਾਲ ਬਾਹਲੀ ਕਰਨੀ ਪੈਂਦੀ ਹੈ। ਇਹ ਜਿਹੜਾ ਭੇਡ ਦਾ ਬੱਚਾ ਇਹ 1.5 ਮਹੀਨੇ ਦਾ ਖੇਤ ਆਪਦੀ ਮਾਂ ਦੇ ਨਾਲ ਚੱਲ ਪੈਂਦਾ। ਅੱਛਾ ਅੱਛਾ ਜੀ। 1 ਮਹੀਨੇ ਤਾਂ ਹੀ ਘਰੇ ਰਹਿੰਦਾ। ਗੱਲਾਂ ਵਿਚਾਲੇ ਆ, ਤੁਸੀਂ ਇਹ ਗੱਲ ਦੱਸੋ ਵੀ ਤੁਹਾਡੇ ਤੋਂ ਡਾਕਟਰ ਸਲਾਹ ਲੈਂਦੇ, ਅਸੀਂ ਸੁਣਿਆ, ਅਤੇ ਵੀ ਇਹ ਗੱਲ ਸੱਚੀ ਹੈ ਕੀ ਚੱਕਰ ਹੈ ਜੀ ਇਹ? ਡਾਕਟਰ ਤਾਂ ਆਏ ਆ ਨਾ ਜੀ, ਡਾਕਟਰ ਨੇ ਤਾਂ ਆਪਦੀ ਮੈਡੀਕਲ ਦਵਾਈ ਕਰਨੀ ਹੁੰਦੀ ਹੈ, ਅਤੇ ਜਿਵੇਂ ਜ਼ਿਆਦਾਤਰ ਮੈਡੀਕਲ ਵਾਲੀਆਂ ਦਵਾਈਆਂ ਨਾਲੋਂ ਕਈ ਦੇਸੀ ਦਵਾਈਆਂ ਬਹੁਤ ਚੰਗੀਆਂ ਪਈਆਂ। ਹਾਂਜੀ। ਇਹ ਉਹਦਾ ਕਰਕੇ ਉਹ ਨੌਲੇਜ ਕੋਈ ਪਸ਼ੂ ਵੀਰ ਜਾਂਦਾ ਪੁੱਛ ਲੈਂਦੇ ਆ, ਅਤੇ ਮੈਂ ਵੀ ਕਹਿ ਦਿੰਦਾ ਵੀ ਚੱਲ ਵਿਚਾਰੇ ਅਗਲੇ ਦਾ ਭਲਾ ਹੋ ਜੇ, ਮਾਲਾ ਤੇ ਮੈਂ ਡਾਕਟਰ ਨੂੰ ਦੱਸ ਦਿੰਦਾ ਵੀ ਭਾਈ ਇਹ ਹੈ ਨਾ ਸੂਤ ਆਇਆ, ਅਤੇ ਇਹਨੂੰ ਆਹ ਦੇਸੀ ਦਵਾਈ ਦੇ ਦਿਓ, ਪਸ਼ੂ ਤੁਹਾਡਾ ਲੋਟ ਹੋ ਜੂਗਾ। ਠੀਕ ਹੈ। ਬਈ ਆਪਣੇ ਜਿਵੇਂ ਭੇਡਾਂ ਹੈ, ਭੇਡਾਂ ਦੀਆਂ ਵੀ ਬੱਕਰੀਆਂ ਤਰ੍ਹਾਂ ਜਿਵੇਂ ਬੱਕਰੀਆਂ ਦੀਆਂ ਕਈ ਨਸਲਾਂ ਹੋਊਗੀਆਂ, ਕੁੱਤਿਆਂ ਦੀਆਂ ਨਸਲਾਂ ਹੋਊਗੀਆਂ, ਉਸ ਤਰ੍ਹਾਂ ਵੀ ਭੇਡਾਂ ਦੀ ਵੀ ਕੋਈ ਨਸਲ ਹੁੰਦੀ ਹੈ ਜਾਂ ਨਹੀਂ? ਹਾਂਜੀ ਹਾਂਜੀ, ਨਸਲ ਹਰੇਕ ਚੀਜ਼ ਦੀ ਹੁੰਦੀ ਹੈ, ਇਹਨਾਂ ਦੇ ਵਿੱਚ ਵੀ ਨਸਲਾਂ ਤਾਂ ਬਹੁਤ ਹੈ ਕਿ ਆਪਾਂ ਗਿਣ ਲੱਗ ਗਏ ਤਾਂ ਆਪਾਂ ਨੂੰ ਦੇਣੀ ਛਿਪਜੂ ਆ। ਅੱਛਾ। ਪਰ ਆਮ ਜਿੱਥੋਂ ਤਾਂ ਹੀ ਮੈਂ ਜਾਣਦਾ ਹੈ ਵੀ ਆਪਣੇ ਹਰਿਆਣਾ ਕਰ ਲਾ, ਪੰਜਾਬ ਕਰ ਲਾ, ਰਾਜਸਥਾਨ ਕਰ ਲਾ, ਆਪਣੇ ਆਮ ਲੋਕ 10-12 ਕੁ ਨਸਲਾਂ ਰੱਖ ਕੇ ਪਸੰਦ ਹੈ ਆਪਦੀਆਂ। ਠੀਕ ਹੈ ਜੀ। ਵੀ ਇਹ ਫਿਰ ਉਹਨਾਂ ਦਾ ਕਾਰਨ ਹੈ ਜਾਂ ਮੌਸਮ ਦਾ ਕਰਕੇ ਜਾਂ ਕੋਈ ਇਹਦੇ 'ਚ ਫਾਇਦਾ ਇਹ ਨਸਲਾਂ ਰੱਖਣ 'ਚ ਆਪਣੇ? ਹਾਂ ਹਾਂ, ਉਹ ਅੱਡੋ ਅੱਡ ਏਰੀਏ ਦੇ ਹਿਸਾਬ ਨਾਲ ਮੰਨ ਲਾ ਵੀ ਰੱਖਦੇ ਆ, ਜਿਵੇਂ ਇੱਕ ਰਾਜਪੂਤ ਠੱਕਰ ਆ ਗਏ ਜਿਹਨੂੰ ਆਪਾਂ ਭਾਠ ਬੋਲ ਦਿੰਦੇ ਹਾਂ,
ਉਹ ਮੰਨ ਲਾ ਵੀ ਲੇਟ ਮਾਲ ਤੋਰਨਾ ਉਹਨਾਂ ਨੇ 11 ਵਜੇ ਤੋਰਨਾ ਅਤੇ 4 ਵਜੇ ਸ਼ਾਮ ਨੂੰ ਘਰ ਆ ਜਾਣਾ ਹੈਗਾ, ਦੁਪਹਿਰੇ ਚਾਰਨੀਆਂ ਉਹ ਕਟਾਰੀਆਂ ਵੱਜਦੀਆਂ, ਉਹ ਆਪਾਂ ਪੰਜਾਬੀ 'ਚ ਉਹਨਾਂ ਨੂੰ ਭੱਠਾਂ ਵਾਲੀਆਂ ਹੀ ਕਹਿ ਦਿੰਦੇ ਹਾਂ, ਜੋਧਪੁਰ ਵਾਲੀਆਂ ਵੀ ਕਿਹਾ ਜਾਂਦਾ, ਉਹ ਰੱਖਦੇ ਹੈ। ਇੱਕ ਆਪਣੇ ਰਾਜਸਥਾਨ ਤੋਂ ਆਉਂਦੇ ਹੁੰਦੇ ਹੈ, ਮੰਨ ਲਾ ਵੀ ਉਹ ਛੋਟੇ ਛੋਟੇ ਕੰਨਾਂ ਵਾਲੀਆਂ ਛੋਟੇ ਪੁੱਛਾਂ ਵਾਲੀਆਂ ਬੁੱਚੀਆਂ ਹੁੰਦੀਆਂ, ਉਹ ਭੇਡ ਤੀਜੇ ਦਿਨ ਪਾਣੀ ਪੀਂਦੀ ਹੈ ਇਸ ਮਹੀਨੇ ਦੇ ਵਿੱਚ ਜੇਠ ਹਾੜ੍ਹ ਦੇ ਵਿੱਚ। ਉਹਨੂੰ ਅੱਜ ਇਸ ਟਾਈਮ ਪਾਣੀ ਪਿਆ ਤਾਂ ਕੋਈ ਚੱਕਰ ਨਹੀਂ, 3 ਦਿਨਾਂ ਬਾਅਦ ਪਿਆ ਦੇ। ਠੀਕ ਹੈ ਜੀ। ਅਤੇ ਮੰਨ ਲਓ ਵੀ ਜੇ ਇਹਦੇ ਭੇਡ ਵਿੱਚ ਜ਼ਿਆਦਾ ਮੁਨਾਫਾ ਹੈ ਕਿ ਬੱਕਰੀਆਂ ਦੇ ਵਿੱਚ, ਜੇ ਇਹਨਾਂ ਦੀ ਹੀਮਕੀ ਮੰਨ ਲਓ ਆਪਾਂ ਲਾਈਏ, ਉਹਦੇ ਵਿੱਚ ਨੁਕਸਾਨ ਕਿਹਦਾ ਹੈ? ਅਤੇ ਤੁਸੀਂ ਮੰਨ ਲਓ ਕੋਈ ਡਾਕਟਰ ਬੁਲਾਉਣੇ ਹੋ ਜਾਂ ਤੁਸੀਂ ਤਾਂ ਖੁਦ ਹੀ ਡਾਕਟਰ ਇੱਕ ਸੁਣਦੇ ਹਾਂ ਆਪਾਂ, ਆਮ ਤੁਸੀਂ ਆਪ ਕੇਅਰ ਕਰਦੇ ਹੋ ਇਹਨਾਂ ਦੀ ਫਿਰ ਪੂਰੀ? ਇਹ ਤਾਂ ਜੀ ਜਿੱਥੋਂ ਤਾਂ ਹੀ ਗੱਲ ਹੈ ਵੀ ਮੈਂ ਤਾਂ ਆਪ ਹੀ ਕਰਦਾ ਇਹਨਾਂ ਦੀ, ਬਾਕੀ ਕਈ ਵਾਰੀ ਡਾਕਟਰ ਸੱਦਣਾ ਵੀ ਪੈ ਜਾਂਦਾ। ਉਹ ਮੰਨ ਲਾ ਵੀ ਜਿਵੇਂ ਕੋਈ ਸੋਹਣਾ ਪਸ਼ੂ ਆ, ਭਾਰੀ ਮੁੱਲ ਦਾ ਪਸ਼ੂ ਆ, ਉੱਥੇ ਆਪਦਾ ਮਨ ਨਹੀਂ ਖੜਾ ਵੀ ਯਾਰ ਆਪਾਂ ਡਾਕਟਰ ਸੱਦ ਲਈਏ, ਖਬਰਾਂ ਇਹਦੀ ਜਾਨ ਬਚ ਰਹੇ। ਪਰ ਰਹੀ ਗੱਲ ਜਿੱਥੋਂ ਤਾਂ ਹੀ ਤੁਸੀਂ ਹੀਮਕੀਮ ਦੀ ਗੱਲ ਕਹੀ ਹੈ, ਇਹਦੇ ਵਿੱਚ ਜੰਮੇ ਦੀ ਖੁਸ਼ੀ ਨਹੀਂ ਅਤੇ ਮਰੇ ਦਾ ਸੋਗ ਨਹੀਂ। ਅੱਛਾ ਜੀ। ਇਹਦੇ ਵਿੱਚ ਜਿਵੇਂ ਅੱਜ ਇੱਕ ਮਰ ਗਈ ਤਾਂ ਸਵੇਰ ਨੂੰ 2 ਸੂ ਵੀ ਪੈਂਦੀਆਂ। ਜਿੱਥੋਂ ਤੱਕ ਬਿਮਾਰੀ ਸਮਾਰੀ ਆ ਗਈ, ਬਿਮਾਰੀ ਸਮਾਰੀ ਬੱਕਰੀ ਖੇਤ ਦੀ ਚਰਾਈ 'ਤੇ ਜ਼ਿਆਦਾ ਮਰਦੀ ਹੈ। ਠੀਕ ਹੈ। ਜੇ ਆਪਾਂ ਬੀਟਲ ਕਰ ਲਓ, ਅੰਬਰਸਰੀ ਕਰ ਲਓ, ਬੱਕਰੀ ਰੱਖਣੀ ਹੈ ਇਹ ਖੇਤ ਦੀ ਚਰਾਈ 'ਤੇ, ਤਾਂ ਜਾਂ ਤਾਂ ਇਹਨਾਂ ਨੂੰ ਦਰਖਤ ਦੱਪੀ ਵੱਢਣੇ ਪੈਣਗੇ ਵੀ ਉਤਲਾ ਕੱਖ। ਜੇ ਇਹ ਥੱਲੜਾ ਕੋਈ ਆਪਾਂ ਜਵਾਰ 'ਚ ਕਰ ਲਓ, ਅੱਜ ਕੱਲ੍ਹ ਰੇਹਾਂ ਸਪਰੇਹਾਂ ਬਿਨਾਂ ਫਸਲ ਨਹੀਂ ਹੁੰਦੀ। ਰੇਹਾਂ ਸਪਰੇਹਾਂ ਜ਼ਿਆਦਾ ਹੈ ਫਿਰ ਤਾਂ ਕਰਕੇ ਦਿੱਕਤ ਜ਼ਿਆਦਾ ਆਉਂਦੀ ਹੈ। ਹਾਂਜੀ, ਉਹ ਬੱਕਰੀ ਜਿਵੇਂ ਇੱਥੇ ਹੁਣ ਕੱਖਾਂ ਵਾਲੀ ਸਪਰੇਅ ਚੱਲ ਪੂਗੀ, ਖੱਬਲ ਬਾਲਣ ਵਾਲੀ, ਤਾਂਦਲਾ ਬਾਲਣ ਵਾਲੀ, ਬੱਕਰੀ ਖਾ ਗਈ, ਬੱਕਰੀ ਨੂੰ ਉਹਦੇ ਨਾਲ ਮੋਕ ਲੱਗ ਜੂਗੀ, ਮੋਕ ਲੱਗ ਕੇ ਬੱਕਰੀ ਮਰੂ ਹੀ ਮਰੂ, ਅਤੇ ਭੇਡ ਨੂੰ ਇਹ ਦਵਾਈ ਦਵੂਈ ਦਾ ਕੋਈ ਦਖਲਾ ਨਹੀਂ ਪੈਂਦਾ। ਅਤੇ ਬਾਈ ਜੀ, ਜੇ ਤੁਹਾਡੇ ਤੋਂ ਕਿਸੇ ਨੇ ਜਾਣਕਾਰੀ ਲੈਣੀ ਹੋਵੇ, ਹਾਂਜੀ, ਇਸ ਬਾਰੇ ਵੀ ਬੱਕਰੀ ਕੋਈ ਹੀਮ ਕੀਮ ਹੈ ਜਾਂ ਕੋਈ ਕਿਸੇ ਨੇ ਇਸ ਕਿੱਤੇ ਦੇ ਵਿੱਚ ਪੈਣਾ ਹੈ, ਉਹਨੇ ਕੋਈ ਜਾਣਕਾਰੀ ਲੈਣੀ ਹੈ, ਤਾਂ ਤੁਹਾਡੇ ਤੋਂ ਤੁਸੀਂ ਉਹਨੂੰ ਜਾਣਕਾਰੀ ਫ੍ਰੀ ਦੇ ਦਿੰਦੇ ਹੋ ਜਾਂ ਕੋਈ ਉਹਦੀ ਕੋਸਟ ਹੈ, ਅਤੇ ਹੋਰ ਵੀ ਤੁਸੀਂ ਦਰਸ਼ਕਾਂ ਨੂੰ ਜਾਣਕਾਰੀ ਦੇ ਸਕਦੇ ਹੋ ਇਸ ਬਾਰੇ? ਹਾਂਜੀ, ਉਹ ਤਾਂ ਜਿਵੇਂ ਕੋਈ ਪਸ਼ੂ ਰੱਖਦਾ, ਪਸ਼ੂਆਂ ਦਾ ਕਿਸੇ ਨੂੰ ਸ਼ੌਂਕ ਹੈ, ਉਹ ਪੁੱਛ ਲੈਂਦਾ ਤਾਂ ਦੱਸ ਦਿੰਦੇ ਹਾਂ। ਆਮ ਵੀ ਮੇਰਾ ਤਾਂ ਅਸੂਲ ਹੈ, ਪਿੰਡ 'ਚ ਕਿਸੇ ਦਾ ਪਸ਼ੂ ਢਿੱਲਾ ਹੈ, ਮਿੱਸਾ ਹੈ, ਜੋ ਵੀ ਹੈ, ਮੈਂ ਜਾਂਦਾ ਸੱਦ ਕੇ ਭਲਾ, ਚਾਹੇ ਮੈਨੂੰ ਰਾਤ ਨੂੰ ਅੱਧੀ ਰਾਤ ਆ ਕੇ ਬੇਲੀ ਮਿੱਤਰ ਬਾਜ਼ ਮਾਰਦੇ ਆ, ਚੱਲ ਬਾਈ ਚਲੋ ਭਾਈ, ਜਾਣਾ ਪੈਂਦਾ ਜਾ ਪੈਂਦਾ। ਕੋਸਟ ਨਹੀਂ ਤੁਹਾਡੀ? ਨਾ ਨਾ ਜੀ, ਉਹ ਤਾਂ ਫ੍ਰੀ ਹੈ। ਇਹ ਆਪਣੇ ਅੰਗਰੇਜ਼ੀ ਨਾਲੋਂ ਦੇਸੀ ਦਵਾਈਆਂ 'ਤੇ ਇਹ ਪਸ਼ੂ ਮੰਨ ਲਾ ਵੀ ਜ਼ਿਆਦਾਤਰ ਕਾਮਯਾਬ ਵੱਧਦਾ। ਬੱਕਰੀ ਨਾਲੋਂ ਮੈਨੂੰ ਭੇਡ ਦੀ ਨੌਲੇਜ ਵੱਧਦਾ, ਕਿਉਂਕਿ ਭੇਡ ਕਰੜੀ ਹੁੰਦੀ ਆ ਅਤੇ ਬੱਕਰੀ ਆ ਜਿਹੜੀ, ਬੱਕਰੀ ਨੂੰ ਮੋਕ ਲੱਗ ਗਈ, ਬੱਕਰੀ ਤਾਂ ਬਚਦੀ ਨਹੀਂ, ਬੱਕਰੀ ਤਾਂ ਮਰੂ ਹੀ ਮਰੂ, ਭੇਡ ਇਸ ਚੀਜ਼ 'ਚ ਵੀ ਬਹਾਲ ਹੋ ਜਾਂਦੀ ਹੈ। ਅਤੇ ਬਾਈ ਜੀ, ਮੰਨ ਲਓ ਜੇ ਸਾਡੇ ਦਰਸ਼ਕਾਂ ਨੇ ਤੁਹਾਡੇ ਤੋਂ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਆਪਦਾ ਕੰਟੈਕਟ ਨੰਬਰ ਦੱਸ ਦਿਓ। ਨੰਬਰ ਹੈਗਾ ਜੀ ਮੇਰਾ 70568 77414। ਸੁਣ ਲਓ ਜੀ, 70568 77414 77414 ਇਹ ਨੰਬਰ ਹੈ, ਅਤੇ ਤੁਸੀਂ ਕਦੋਂ ਵੀ ਕਾਲ ਕਰ ਸਕਦੇ ਹੋ ਅਤੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ, ਕੋਈ ਕੋਸਟ ਨਹੀਂ ਬਾਈ ਦੀ। ਹਾਂਜੀ, ਡਾਕਟਰਾਂ ਨਾਲੋਂ ਵੀ ਮਾਰ ਨੇ। ਅਤੇ ਬਾਈ, ਬਿਨਾਂ ਕੰਮ ਤੋਂ ਕੋਈ ਵੀ ਫੋਨ ਨਾ ਕਰਿਓ, ਜੇ ਕੋਈ ਜ਼ਰੂਰੀ ਤੁਹਾਨੂੰ ਕੰਮ ਹੈ ਤਾਂਹੀਓ ਫੋਨ ਕਰਿਓ, ਕਿਉਂ ਬਾਈ ਹੋਰਿਆਂ ਨੂੰ ਕੰਮ ਬਹੁਤ ਰਹਿੰਦਾ, ਇਕੱਲੇ ਹੈਗੇ ਹੈ। ਅਤੇ ਬਾਈ ਇੱਕ ਗੱਲ ਹੋਰ, ਹਾਂਜੀ, ਵੀ ਅਸੀਂ ਮਾਲ ਦੇ ਵਿੱਚ ਅਕਸਰ ਹੀ ਸੜਕ 'ਤੇ ਜਦੋਂ ਜਾਂਦੇ ਹਾਂ ਆਪਾਂ ਰਾਹਾਂ ਦੇ ਵਿੱਚ ਦੇਣੇ ਆ, ਮਾਲ ਪਿੱਛੇ 3-4-2 ਆਦਮੀ ਹੁੰਦੇ ਆ, ਅਤੇ ਤੁਸੀਂ ਇਕੱਲੇ ਕਿਵੇਂ ਲਈ ਫਿਰਦੇ ਹੋ, ਇਹਦਾ ਕੀ ਰਾਜ ਹੈ? ਇਹ ਵੈਸੇ ਜੀ ਮੈਂ ਇਕੱਲਾ ਤਾਂ ਹੈ ਨਹੀਂ, ਜਾਣੇ ਤਾਂ ਅਸੀਂ 2 ਹੈ। ਅੱਛਾ ਜੀ। ਬਾਕੀ ਆਉਣ ਸਾਰ ਤੁਸੀਂ ਦੇਖਿਆ ਸੀ, ਤੁਹਾਨੂੰ ਭੌਂਕਿਆ ਵੀ ਸੀ, ਮੇਰੇ ਨਾਲ ਕੁੱਤਾ ਇੱਕ। ਅੱਛਾ ਜੀ। ਅਤੇ ਉਹ ਕੁੱਤਾ ਅਤੇ ਮੈਂ 2 ਹੀ ਮੰਨੋ, ਇੱਕ ਪਾਸਿਓਂ ਮੈਂ ਮੋੜਨੀਆਂ ਅਤੇ ਦੂਜੇ ਪਾਸੇ ਉਹਨੇ ਮੋੜਨੀਆਂ, ਜੇ ਮੈਂ ਪਿੱਛੋਂ ਤੋਰਨੀਆਂ ਤਾਂ ਉਹਨੇ ਅੱਗੋਂ ਰੋਕਣੀਆਂ, ਉਵੇਂ ਤਾਂ 2 ਜਾਣੇ ਹੀ ਹੋ ਗਏ। ਦੂਜੀ ਗੱਲ ਇਹ ਹੈ ਵੀ ਮੈਂ ਸ਼ੁਰੂ ਦੇ ਵਿੱਚੋਂ ਹੀ ਕੋਈ 5-4 ਬੱਕਰੀਆਂ ਵਾਲਾ ਮੇਰੇ ਨਾਲ ਥੱਕਿਆ ਹਾਰਿਆ, ਮੇਰੇ ਵਰਗਾ ਕੋਈ ਰਲ ਜੇ ਤਾਂ ਠੀਕ ਹੈ, ਭਾਰੀ ਪਸ਼ੂਆਂ ਦੇ ਵਿੱਚ ਮੈਂ ਇਹਨਾਂ ਨੂੰ ਕਦੇ ਇਕੱਠੀਆਂ ਨਹੀਂ ਕਰੀਆਂ, ਕਿਉਂਕਿ ਇਹ ਇੱਕ ਅਗਲਾ ਕਹਿ ਦਿੰਦਾ ਵੀ ਭੇਡ, ਅਤੇ ਜਿੱਥੋਂ ਤਾਂ ਇਹਨਾਂ ਨੂੰ ਮੈਂ ਜਾਣਦਾ ਇਹਨਾਂ ਨੂੰ ਬਹੁਤ ਜ਼ਿਆਦਾ ਸਮਝ ਹੈ। ਇਹ ਭੇਡਾਂ ਜਿਵੇਂ ਇਸ ਬਾਹਣ ਦੇ ਵਿੱਚ ਬੈਠੀਆਂ, ਚਰਨੀਆਂ, ਪਾਣੀ ਧਾਣੀ ਪੀਣੀਆਂ, ਜੇ ਆਪਾਂ ਪਸ਼ੂਆਂ ਦੇ ਵਿੱਚ ਵਾੜਤੀਆਂ ਇਹ ਪਿੱਛੇ ਖੜੀਆਂ ਸਾਰੀ ਦਿਹਾੜੀ ਬੋਲੀ ਜਾਣਗੀਆਂ, ਇਹ ਪਾਣੀ ਵੀ ਨਹੀਂ ਪੀਂਦੀਆਂ, ਮੈਂ ਇਹਨਾਂ ਨੂੰ ਇਕੱਲਾ ਹੀ ਚਾਰਦਾ ਹੈ। ਜਦੋਂ ਮੈਨੂੰ ਕੋਈ ਕੁਦਰਤੀ ਢਿੱਲ ਮਿਸ ਆ ਗਈ ਜਾਂ ਐਮਰਜੈਂਸੀ ਜ਼ਰੂਰੀ ਮੈਨੂੰ ਕੰਮ ਹੋ ਗਿਆ
ਤੇ ਮੇਰੇ ਕੋਲੇ ਲੱਕੜ ਦੀਆਂ ਖੁਰਨੀਆਂ ਬਣੀਆਂ ਵੀਆਂ ਘਰੇ ਗੁਬਾਰੇ ਦਾ ਨੀਡ ਹੈ ਕੋਈ ਰੁੱਤ ਹੋਵੇ ਇਹਨਾਂ ਨੂੰ ਪਾ ਦੇ ਤੇ ਇਹ ਚੁੱਪ ਕਰਕੇ ਆਪਦੀ ਪੂਰੀ ਵਿਵਸਥਾ ਕਰ ਰੱਖੀ ਹੈ ਤੁਸੀਂ ਹਾਂ ਤੇ ਇਹ ਪਰ ਖੇਤ ਦੇ ਵਿੱਚ ਹਾਂ ਕਈ ਵਾਰੀ ਛੱਡ ਦਿੰਦਾ ਬੇਲੀ ਮਿੱਤਰ ਨਾਲ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਉਹਦੇ ਜਿਵੇਂ ਜਾਂਦੀਆਂ ਘਰੋਂ ਉਸੇ ਲੋਟ ਹੀ ਪੁੱਠੀਆਂ ਆਉਣਾ ਇਹਨਾਂ ਨੇ ਇਹ ਨਹੀਂ ਮੇਰਾ ਅੱਜ ਕਿਹਾ ਵੀ ਇਹਦੇ ਮੰਨ ਲਓ ਵੀ ਉਮਰ ਕਿੰਨੀ ਹੁੰਦੀ ਹੈ ਕਿਵੇਂ ਪਤਾ ਲੱਗਦਾ ਹੈ ਵੀ ਇਹਦੀ ਉਮਰ ਕਿੰਨੀ ਹੈ ਭੇਡ ਦੀ ਬੱਕਰੀ ਦੀ ਫਿਰ ਉਸ ਉਹ ਕੀ ਸਿਸਟਮ ਹੈ ਬਸ ਉਮਰ ਇਹਨਾਂ ਦੀ 12-15 ਸਾਲ ਹੀ ਹੁੰਦੀ ਹੈ ਲਾਸਟ ਹੈ ਹਾਂ ਇੰਨਾ ਕੁ ਚਿਰ ਹੀ ਹੁੰਦੀ ਹੈ ਅਤੇ ਬਾਕੀ ਜਿਵੇਂ ਪਤੇ ਦੀ ਗੱਲ ਹੈ ਇਹ ਜਿਵੇਂ ਇਹਨਾਂ ਦੇ ਦੁੱਧ ਵਾਲੇ ਦੰਦ ਹੁੰਦੇ ਆ ਠੀਕ ਹੈ ਜੀ 8 ਦੰਦ ਮੰਨ ਲਾ ਮੂੰਹ ਦੇ ਵਿੱਚ ਇਹਨਾਂ ਦੇ ਥੱਲੜੇ ਥੱਲੜੇ ਦੰਦ ਹੁੰਦੇ ਆ ਇਕੱਲੇ ਲਓ ਜੀ ਦਰਸ਼ਕੋ ਪਤਾ ਲੱਗ ਜੂ ਤੁਹਾਨੂੰ ਵੀ ਕਿੰਨੀ ਉਮਰ ਹੈ ਕੋਈ ਠੱਗਾ ਠੋਰੀ ਨਾ ਹੋ ਜੇ ਜੇ ਤੁਸੀਂ ਇਸ ਕਿੱਤੇ 'ਚ ਪੈਣਾ ਵੀ ਹੈ ਲੈਣ ਵੀ ਜਾਓ ਤਾਂ ਇਹ ਜਿਵੇਂ 2 ਦੰਦ ਕੱਢਦਾ ਚਾਹੇ ਬੱਕਰੀ ਆ ਚਾਹੇ ਭੇਡ ਹੈ ਇਹ 14 ਮਹੀਨਿਆਂ ਦੇ ਹੋ ਜਾਂਦੇ ਆ ਠੀਕ ਹੈ 2 ਤੋਂ ਬਾਅਦ ਇਹਨਾਂ ਨੇ 4 ਕੱਢ ਲਏ 4 ਤੋਂ ਬਾਅਦ 6 ਕੱਢ ਲਏ 6 ਤੋਂ ਬਾਅਦ 8 ਕੱਢ ਲਏ ਜਦੋਂ 8 ਦੰਦ ਇਹਨਾਂ ਨੇ ਕੱਢ ਲਏ ਉਦੋਂ ਇਹਦੀ ਉਮਰ 5 ਸਾਲ ਹੋ ਜਾਂਦੀ ਹੈ ਠੀਕ ਹੈ ਜੀ ਉਦੋਂ ਬਾਅਦ ਉਹ ਦੰਦ ਨਾਲੇ ਤਾਂ ਇਹਨਾਂ ਦੇ ਕਾਲੇ ਹੋਣ ਲੱਗ ਜਾਂਦੇ ਆ ਜਿਵੇਂ ਜਿਵੇਂ ਉਮਰ ਹਾਂ ਘਟੀ ਜਾਂਦੀ ਹੈ ਉਵੇਂ ਮੰਨ ਲਓ ਉਮਰ ਵਧੀ ਜਾਂਦੀ ਹੈ ਤੇ ਦੰਦ ਘਟੀ ਜਾਂਦੇ ਤੇ ਦੰਦ ਘਸਣੇ ਸ਼ੁਰੂ ਹੋ ਜਾਂਦੇ ਆ ਉਹ ਠੀਕ ਹੈ ਜੀ ਉਹ ਘਸਾਈ ਲੈ ਕੇ ਉਦੋਂ ਫਿਰ ਕਿਹਾ ਜਾਂਦਾ ਵੀ ਇਹ ਪਸ਼ੂ ਜਵਾਨੀ ਚੋਂ ਟਲ ਗਿਆ ਠੀਕ ਹੈ ਜੀ ਵੀ ਹੁਣ ਉਮਰ ਉਹ ਟੱਪ ਗਿਆ ਪਸ਼ੂ ਇਹ ਤੇ ਬਈ ਹੋਰ ਮੰਨ ਲਓ ਵੀ ਜੇ ਕਿਸੇ ਨੇ ਇਸ ਕਿੱਤੇ ਦੇ ਵਿੱਚ ਪੈਣਾ ਹੈ ਹੋਰ ਵੀ ਤਾਂ ਉਹ ਕਿੱਥੋਂ ਸਟਾਰਟ ਕਰੇ ਕੰਮ ਇਹ ਤੁਹਾਨੂੰ ਪਤਾ ਅੱਜ ਕੱਲ੍ਹ ਬੇਰੁਜ਼ਗਾਰੀ ਬਹੁਤ ਵੱਧ ਚੁੱਕੀ ਹੈ ਅਤੇ ਤੁਹਾਨੂੰ ਤੁਸੀਂ ਦੱਸ ਹੀ ਜਾਂਦੇ ਹੋ ਵੀ ਇਹ ਮੁਨਾਫੇ ਦਾ ਵਧੀਆ ਸਿਸਟਮ ਆਪਦਾ ਪਰਿਵਾਰ ਦਾ ਵਧੀਆ ਗੁਜ਼ਾਰਾ ਹੁੰਦਾ ਇਹਦੇ ਨਾਲ ਮੰਨ ਲਓ ਬਹੁਤ ਜ਼ਿਆਦਾ ਜੀ ਮੇਰਾ ਸਾਰਾ ਘਰ ਪਰਿਵਾਰ ਚੱਲਦਾ ਹੀ ਇਹਨਾਂ 'ਤੇ ਹੈ ਮੈਂ ਇਹ 30 ਪਸ਼ੂ ਰੱਖਦਾ ਹੈ ਬਸ 30 ਦੀ ਮੇਰੀ ਐਵਰੇਜ ਹੈ ਅੱਛਾ ਜੀ ਤੇ ਕਿੱਥੋਂ ਸਟਾਰਟ ਕਰੇ ਜੀ ਮੰਨ ਲਓ ਕੰਮ ਤੇ ਜਿਵੇਂ ਘੱਟ ਤੋਂ ਘੱਟ ਆਪਾਂ ਰੱਖਣੇ ਹੁਣ 15 ਪਸ਼ੂ ਭੇਡਾਂ ਤੋਂ ਸਟਾਰਟ ਕਰਨਾ ਪਊ ਆਪਾਂ ਜਿਵੇਂ ਕਿ ਆਪਾਂ 14 ਭੇਡਾਂ ਲੈ ਲਈਆਂ ਇੱਕ ਇਹਨਾਂ ਦੇ ਵਿੱਚ ਛਤਰਾ ਲੈ ਲਿਆ ਜਿਹਨੂੰ ਕਿਸਾਨ ਕਹਿ ਦਿੰਦੇ ਹੈ 15 ਨਗ ਲੈ ਲਏ ਉਹਨਾਂ ਦੇ ਵਿੱਚ 5-7 ਬੱਚੇ ਪਿੱਛੇ ਜਿਵੇਂ ਆਪਾਂ ਮਹਿਸ ਵੇਚਦੇ ਹਾਂ ਕੱਟੀ ਮਗਰ ਵਗ ਜਾਂਦੀ ਉਵੇਂ ਬੱਚੇ ਆ ਜਾਣਗੇ ਕੋਈ 5-4 ਸੂਣ ਵਾਲੀਆਂ ਆ ਜਾਣੀਆਂ ਤੇ ਸੂਣ ਦੀ 2 ਸਾਲ 'ਚ ਕਿੰਨੇ ਵਾਰ ਹੈ ਇਹ ਜੀ 14 ਮਹੀਨਿਆਂ ਦੇ ਵਿੱਚ 2 ਵਾਰੀ ਸੂੰਦੀ ਹੈ ਭੇਡ ਅੱਛਾ 2 ਹੀ ਬੱਚੇ ਦਿੰਦੀ ਹੈ ਇਹ ਬੱਕਰੀ ਵੀ ਅਤੇ ਬੱਕਰੀ ਤਾਂ ਜੇ ਚੰਗੀ ਸੇਵਾ 'ਚ ਹੋਵੇ ਤਾਂ 1.5 ਸਾਲ 'ਚ 2 ਵਾਰੀ ਸੂੰਦੀ ਹੈ ਨਹੀਂ ਅੱਬਲਵੇਂ ਤਾਂ ਬੱਕਰੀ ਸਾਲ 'ਚ 1 ਵਾਰੀ ਮਸਾਂ ਸੂੰਦੀ ਹੈ ਠੀਕ ਹੈ ਜੀ ਇਹ ਭੇਡ ਨੇ 14 ਮਹੀਨਿਆਂ ਦੇ ਵਿੱਚ 2 ਵਾਰੀ ਸੂਣਾ ਹੀ ਸੂਣਾ ਹੈ ਅਤੇ ਆਮ ਭੇਡਾਂ ਜਿਵੇਂ ਦੇਸੀ ਭੇਡ ਆ ਗਈ ਜਾਂ ਬੁੱਚੀ ਜੋ ਵੀ ਆਪਾਂ ਗੱਲ ਕਰਦੇ ਸੀ ਉਹ ਭੇਡ 1 ਬੱਚਾ ਦਿੰਦੀ ਹੈ ਇਹ ਜਿਵੇਂ ਮੇਰੇ ਕੋਲ ਕਜਲੀਆਂ ਭੇਡ ਹੈ ਠੀਕ ਹੈ ਜੀ ਇਹਨੂੰ ਆਸਟ੍ਰੇਲੀਅਨ ਕਜਲੀ ਬੋਲਿਆ ਜਾਂਦਾ ਹੈ ਇਹ ਬੱਚੇ 2 ਹੀ ਦਿੰਦੀ ਹੈ 2 ਦਿੰਦੀਆਂ ਹਾਂ ਇਹਦੇ ਵਿੱਚ ਸੁੱਖ ਆਇਆ ਵੀ 3 ਮਹੀਨਿਆਂ ਦਾ ਜਿਵੇਂ ਬੱਚਾ ਹੋ ਗਿਆ ਅਤੇ ਉਹ 1 ਬੱਚਾ ਵੇਚਿਆ ਜਾਂਦਾ ਮੇਰਾ ਘਰ ਖਰਚਾ ਚੱਲ ਜਾਂਦਾ ਉਹ ਜਿਵੇਂ 5-6 ਹਜ਼ਾਰ ਰੁਪਏ ਦਾ ਵੇਚ ਲਿਆ 1 ਭੇਡ ਦਾ ਫਿਰਦਾ ਰਿਹਾ ਨਾਲੇ ਭੇਡ ਨਹੀਂ ਰੋਂਦੀ ਅੱਛਾ ਜੀ ਚਲੋ ਵਧੀਆ ਗੱਲ ਹੈ ਜੀ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਅਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਜੀ ਤੁਸੀਂ ਸਾਡੇ ਦਰਸ਼ਕਾਂ ਲਈ ਇੰਨਾ ਸਮਾਂ ਕੱਢਿਆ ਆਪਦਾ ਹਾਂਜੀ ਹਾਂਜੀ ਉਹ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੋ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਦੱਸ ਕੇ ਹਟਿਆ ਵੀ ਤੁਸੀਂ ਇੰਨੀ ਤੱਤੀ ਲੋ ਦੇ ਵਿੱਚ ਜਿਹੜਾ ਮੇਰੇ ਕੋਲ ਆ ਕੇ ਅਤੇ ਸਮਾਂ ਕੱਢਿਆ ਅਤੇ ਕੋਈ ਜਾਣਕਾਰੀ ਮੈਥੋਂ ਲਈ ਜਾਂ ਜੋ ਵੀ ਹੈ ਅਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਓਕੇ ਦਰਸ਼ਕੋ ਅਤੇ ਤੁਹਾਨੂੰ ਜੇ ਜਾਣਕਾਰੀ ਵਧੀਆ ਲੱਗੇ ਅਤੇ ਅੱਗੇ ਹੋਰ ਵੀ ਜਾਣਕਾਰੀਆਂ ਲੈਣੀਆਂ ਹੋਣ ਤਾਂ ਆਪਣੇ ਤੁਸੀਂ ਇਸ ਪੇਜ ਨੂੰ ਫੋਲੋ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ।